ਹਾਂਜੀ ਸਤਿ ਸ਼੍ਰੀ ਅਕਾਲ ਜੀ। ਇੱਕ ਵੀਰ ਨੂੰ ਮੈਂ ਸੂਚਨਾ ਇਹ ਦਿੰਦੀ ਹਾਂ, ਉਹਨੇ ਮਤਲਬ ਵੀਡੀਓ ਬਣਾ ਕੇ ਸਾਡੀ ਪਾਰਕ ਕੀ ਹੈਗੀ ਹੈ ਯੂਟਿਊਬ ਤੇ। ਉਸ ਵੀਰ ਨੂੰ ਮੈਂ ਇਹ ਕਹਿਣਾ ਚਾਹੁੰਦੀ ਹਾਂ, ਵੇਖ ਵੀਰ ਹਾਸੇ ਮਜ਼ਾਕ ਨਹੀਂ, ਮੇਰੀ ਹੋਰ ਕਾਫੀ ਵੀਡੀਓ ਹੈਗੀਆਂ ਨੇ, ਜਿਵੇਂ ਮਰਜ਼ੀ ਬਣਾਈ ਜਾਓ, ਲੇਕਿਨ ਜਿਹੜੇ ਤੁਸੀਂ ਗੁਰਜੇਲ ਚਿੱਤਰਕਾਰ ਦੇ ਮਤਲਬ ਇਹਨਾਂ ਦੇ ਬੋਲਿਆ ਨੇ, ਨੰਬਰ ਵੀ ਦੇ ਦਿਓ ਤੁਸੀਂ ਆਪਣਾ। ਵੇਖ ਅਸੀਂ ਜੀ ਕਰਦੇ ਹਾਂ ਫਿਲਮਾਂ ਚ ਕੰਮ ਕਰਨਾ ਚਾਹੁੰਦੇ ਹੈਗੇ ਹਾਂ, ਕਰਦੇ ਹਾਂ ਫਿਲਮਾਂ ਚ ਕੰਮ ਕਰਨਾ ਚਾਹੁੰਦੇ ਹੈਗੇ ਹਾਂ, ਅਸੀਂ ਤਾਂ ਇਹੀ ਕਹਿੰਦੇ ਹਾਂ ਸਾਨੂੰ ਅੱਗੇ ਬਤਾਉਣ, ਸਾਨੂੰ ਜਿਹੜਾ ਵੀ ਹੋ ਗਏ ਸਾਨੂੰ ਸ਼ੂਟ ਕਰਵਾਉਣਾ, ਅਸੀਂ ਵੀ ਆਪਦਾ ਨਾਮ ਰੋਸ਼ਨ ਕਰਨਾ ਚਾਹੁੰਦੇ ਹਾਂ, ਠੀਕ ਹੈ। ਅਸੀਂ ਉਹ ਵੀਰ ਨੂੰ ਮੈਂ ਕਹਿੰਦੀ ਹੈਗੀ ਹਾਂ ਜਿਹਨੇ ਯੂਟਿਊਬ ਤੇ ਵੀਡੀਓ ਬਣਾ ਕੇ ਪਾ ਰੱਖੀ ਹੈ, ਵੇਖੋ ਜੀ ਉਹ ਵੀਡੀਓ ਮੈਨੂੰ ਪਸੰਦ ਨਹੀਂ ਆਈ ਤੁਹਾਡੀ। ਮੈਨੂੰ ਇਹ ਮੂੰਹ ਬਿਲਕੁਲ ਨਹੀਂ ਪਸੰਦ, ਹੱਥੋਂ। ਹਾਂਜੀ ਤਾਂ ਕਿਵੇਂ ਹੋ ਸਾਰੇ? ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਮੇਰੇ ਇਸ ਚੈਨਲ ਤੇ ਸਭ ਤੋਂ ਪਹਿਲੀ ਵੀਡੀਓ ਟਿਕਟੌਕ ਤੇ ਆਂਟੀ ਦੀ ਸੀ, ਤਾਂ ਉਸ ਵੀਡੀਓ ਨੂੰ ਇੰਨਾ ਜ਼ਿਆਦਾ ਪਿਆਰ ਮਿਲਿਆ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਉਹ ਵੀਡੀਓ ਵਧੀਆ ਚੱਲ ਰਹੀ ਹੈ, ਲੋਕਾਂ ਤੱਕ ਪਹੁੰਚ ਰਹੀ ਹੈ। ਮੈਂ ਸੋਚਿਆ ਵੀ ਕੁਛ ਫਰਕ ਪੈ ਗਿਆ ਹੋਣਾ, ਪਰ ਜਿੱਥੋਂ ਤੱਕ ਮੈਨੂੰ ਲੱਗਦਾ ਕਿ ਮੈਂ ਹੁਣ ਜੋ ਉਸ ਆਈਡੀ ਵਿੱਚ ਦੇਖ ਰਿਹਾ, ਜ਼ੀਰੋ ਫਰਕ ਪੈ ਰਿਹਾ। ਉਹ ਤਾਂ ਫਿਰ ਬਿਨਾਂ ਕਿਸੇ ਇੰਤਜ਼ਾਰ ਦੇ ਸ਼ੁਰੂ ਕਰਦੇ ਹਾਂ। ਹਾਂਜੀ ਨਮਸਕਾਰ ਜੀ। ਨਮਸਕਾਰ, ਮੈਂ ਤੁਹਾਡੇ ਨਾਲ ਅੱਜ ਗੱਲ ਸ਼ੇਅਰ ਕਰਨੀ ਚਾਹੁੰਦੀ ਸੀਗੀ ਵੀ ਮੈਂ ਆਪਣੀ ਵੀਡੀਓ ਬਣਾ ਕੇ ਮੈਂ ਜਦੋਂ ਦੇਖਣ ਲੱਗ ਜਾਂਦੀ ਹਾਂ ਨਾ, ਵੀ ਮੇਰਾ ਦਿਲ ਨਹੀਂ ਕੱਟਦਾ ਦਿਲ ਨਹੀਂ ਕਰਦਾ। ਆਂਟੀ ਦੀ ਸੂਈ ਹਜੇ ਉੱਥੇ ਹੀ ਹੈ। ਆਪਣੀ ਵੀਡੀਓ ਨੂੰ ਮੈਂ ਕਿੰਨੀਆਂ ਵਾਰ ਦੇਖਦੀ ਹਾਂ, ਤਾਂ ਆਂਟੀ ਨੂੰ ਵਿਸ਼ਵਾਸ ਨਹੀਂ ਹੁੰਦਾ ਕਿ ਇਹ ਚਬਲ ਆਂਟੀ ਤੋਂ ਹੀ ਵੱਜੀ ਹੈ। ਮੈਂ ਇਹੀ ਕਹਿੰਦਾ ਪਲੀਜ਼ ਤੁਹਾਡਾ ਕੀ ਬਣਦਾ ਹੋਣਾ ਹੈਗਾ, ਸੱਚੀ ਉਸ ਟਾਈਮ ਮਰਨ ਹੋ ਜਾਂਦਾ। ਤੁਸੀਂ ਜਦੋਂ ਮੇਰੀ ਵੀਡੀਓ ਦੇਖਦੇ ਹੋਣੇ ਨੇ, ਅਸੀਂ ਸੋਚਦੇ ਹਾਂ ਕਿ ਸਾਡੇ ਤੋਂ ਇਹੋ ਜਿਹੀ ਕਿਹੜੀ ਗਲਤੀ ਹੋ ਗਈ ਕਿ ਸਾਨੂੰ ਟਿਕਟੌਕ ਤੇ ਆਹ ਕੁਛ ਵੇਖਣਾ ਪੈ ਰਿਹਾ। ਤੁਸੀਂ ਬਹੁਤ ਬਹੁਤ ਵਾਰੀ ਦੇਖਦੇ ਹੋਣੇ ਨੇ ਹਨਾ। ਨਾ ਨਾ ਨਾ, ਅਸੀਂ ਇਹ ਦੇਖਦੇ ਹਾਂ ਕਿ ਇਹ ਪ੍ਰਾਣੀ ਹੈ ਕਿ, ਅਸੀਂ ਸੋਚਦੇ ਹਾਂ ਕਿ ਪੱਕਾ ਇਹ ਇਸੇ ਧਰਤੀ ਦਾ ਹੀ ਹੈ। ਮੈਨੂੰ ਤਾਂ ਐਵੇਂ ਲੱਗਦਾ ਹੈ ਰੱਬ ਨੇ ਪਤਾ ਨਹੀਂ ਮੈਨੂੰ ਕਿੱਥੇ ਬਰਾਂ ਦੇ ਵਿੱਚ ਬੈਠ ਕੇ ਬਣਾਇਆ ਹੈਗਾ। ਆਹੋ ਵਿਰਾਨ ਚ ਹੀ ਬਣਾਇਆ ਹੋਣਾ, ਤਾਂ ਜੋ ਰੱਬ ਨੇ ਕਿਹਾ ਹੋਣਾ ਕਿ ਇਹੋ ਜਿਹੀਆਂ ਚੀਜ਼ਾਂ ਲੋਕਾਂ ਤੋਂ ਦੂਰ ਰਹਿਣ। ਜਦੋਂ ਮੈਂ ਤਿਆਰ ਕੀਤੀ ਸੀ ਨਾ ਰੱਬ ਨੇ, ਮੈਨੂੰ ਤਾਂ ਵੱਡੇ ਵੱਡੇ ਟਿੱਬਿਆਂ ਦੇ ਵਿੱਚ ਚਲਿਆ ਗਿਆ ਹੋਣਾ। ਓ ਭਾਈ ਮਾਰੋ ਮੁਝ, ਮਾਰੋ ਮਾਰੋ ਮੁਝੇ, ਮਾਰੋ ਮਾਰੋ, ਨਹੀਂ ਮਜ਼ਾਕ ਹੋ ਰਿਹਾ, ਇੱਕ ਸੈਕਿੰਡ ਯਾਰ, ਮਜ਼ਾਕ ਹੋ ਰਿਹਾ। ਬਣਾਉਣ ਵਾਸਤੇ ਵੀ ਅੱਜ ਇੱਕ ਮੈਂ ਪੁਤਲਾ ਤਿਆਰ ਕਰਨਾ ਹੈਗਾ, ਉਹਨੇ ਕਈ ਤਰ੍ਹਾਂ ਦੇ ਲੋਕ ਬੁਲਾ ਕੇ। ਨਹੀਂ ਯਾਰ ਟਿਕਟੌਕ ਤੇ ਇਹਨਾਂ ਨੇ ਮਜ਼ਾਕ ਬਣਾ ਰੱਖਿਆ, ਜੋ ਦਿਮਾਗ 'ਚ ਆਈ ਜਾਂਦਾ ਬੋਲੀ ਜਾਂਦੇ ਨੇ। ਤੇ ਮੈਨੂੰ ਮਤਲਬ ਉਹਨੇ ਤਿਆਰ ਕੀਤਾ ਰੱਬ ਨੇ, ਪਰਮਾਤਮਾ ਨੇ, ਮੈਂ ਸੱਚੀ ਬਹੁਤ ਸ਼ੁਕਰ ਗੁਜ਼ਾਰਦੀ ਹਾਂ ਵੀ ਮੈਨੂੰ ਹਰੇਕ ਤਰ੍ਹਾਂ ਦਾ ਮੇਰੇ ਵਿੱਚ ਕਲਾਕਾਰੀ ਹੈਗੀ। ਨਾ 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 ਨਾ, ਉਹਨੂੰ ਕਲਾ ਨਹੀਂ ਕਹਿੰਦੇ ਆਂਟੀ, ਉਹਨੂੰ ਚਵਲਾਂ ਕਹਿੰਦੇ ਨੇ, ਚਵਲਾਂ ਮਾਰਨੀਆਂ। ਕਲਾ ਤਾਂ ਬਹੁਤ ਦੂਰ ਦੀ ਗੱਲ ਹੈ। ਮੈਨੂੰ ਬਹੁਤ ਪਸੰਦ ਆਪਣੀ। ਉਹ ਭੱਲੇ ਅਚਾਰ ਦੀ ਸ਼ੀਸ਼ੀ ਲਿਆ। ਪਾਕਿਸਤਾਨ ਦੀ ਬਹੁਤ ਹੀ ਮਸ਼ਹੂਰ ਸਿੰਗਰ ਨਸੀਬੋ ਦੇ ਗਾਣੇ ਦੀ ਜੱਖਣਾ ਵੱਢਣੀ ਕੋਈ ਆਂਟੀ ਤੋਂ ਸਿੱਖੇ। ਤੇਰੀ ਜਾਨ ਵਿੱਚ ਮਾਇਆ ਮੇਰੀ ਜਾਨ, ਜਦੋਂ ਤੁਹਾਡੀ ਗਲੀ ਵਿੱਚ ਮਟਕਾ ਕੁਲਫੀ ਵਾਲਾ ਆ ਜੇ, ਜਦੋਂ ਤੁਹਾਡੀ ਗਲੀ ਵਿੱਚ ਕੰਘੀ ਦੇ ਵਾਲ ਖਰੀਦਣ ਵਾਲਾ ਆ ਜੇ, ਜਦੋਂ ਤੁਹਾਡੀ ਉਂਗਲ ਦਰਵਾਜ਼ੇ 'ਚ ਆ ਜੇ, ਜਦੋਂ ਤੁਸੀਂ 5 ਰੁਪਏ ਦੇ ਗੋਲ ਗੱਪੇ ਖਾ ਕੇ ਨਾਲ ਪਾਪੜੀ ਲੈ ਲਓ। ਅੱਗੇ ਦੇਖਦੇ ਹਾਂ ਕੀ ਹੈ। ਉਹ ਵੀਰ ਦਾ ਅਲੱਗ ਹੀ ਸਵੈਗ ਲੈਵਲ ਹੈ ਯਾਰ, ਐਂ ਖੜ ਕੇ ਸੋਚਣ ਨਾਲ ਸਵੈਗ ਹੈ। ਇਹ ਉਹੀ ਬੱਚੇ ਨੇ ਜਿਹੜੇ ਰਿਸ਼ਤੇਦਾਰ ਦੇ ਘਰੋਂ ਜਾਣ ਤੋਂ ਬਾਅਦ ਬਿਸਕੁਟ ਤੇ ਭੁਜੀਆ ਖਾਂਦੇ ਨੇ। ਇਹੋ ਜਿਹੇ ਮੁੰਡੇ ਛਿੱਕ ਮਾਰਨ ਤੋਂ ਬਾਅਦ ਬੇਹੋਸ਼ ਹੋ ਜਾਂਦੇ। ਅੱਜ ਮੈਂ ਨਾ ਤੜਕੇ ਖੜੀ ਹੋ ਗਈ। ਅੱਛਾ ਜੀ, ਫੇਰ ਨੀਂਦ ਲੈ ਕੇ ਉੱਠੀ ਨਾ ਮੈਂ, ਫਟਾਫਟ ਮੈਂ ਗੇਟ ਮੂਹਰੇ ਗਈ ਤੇ ਮੇਰੇ ਨਾ ਤੁਹਾਨੂੰ ਮੈਂ ਕੀ ਦੱਸਾਂ, ਮੇਰੇ ਇੱਥੇ ਆ ਕੇ ਮੇਰੀ ਵੀਡੀਓ ਵੱਜੀ ਵਿੱਚ ਮੱਥੇ ਦੇ। ਮੈਨੂੰ ਥੋੜਾ ਜਿਹਾ ਸੱਟ ਲੱਗ ਗਈ ਨੇ ਕਿਤੇ ਤੇ। ਕੌਣ ਨੇ ਇਹ ਲੋਕ, ਕਿੱਥੋਂ ਆਉਂਦੇ ਨੇ ਇਹ ਲੋਕ, ਮੰਗਲ ਗ੍ਰਹਿ ਤੋਂ, ਕੀ ਸਾਬਤ ਕਰਨਾ ਚਾਹੁੰਦੇ ਨੇ? ਮੇਰੀ ਵੀਡੀਓ ਮੈਂ ਜਦੋਂ ਮੈਂ ਬਾਹਰ ਨਿਕਲਦੀ ਹਾਂ ਨਾ ਆਪਣੇ ਗੇਟ ਤੋਂ, ਵੀਡੀਓ ਮੇਰੇ ਮੱਥੇ ਵਿੱਚ ਵੱਜਦੀਆਂ ਨੇ। ਹੱਸੋ ਹੱਸੋ ਆਂਟੀ, ਕਮੇਡੀ ਕਰ ਰਹੀ ਹੈ, ਹੱਸੋ। ਇੰਨੀਆਂ ਵੀਡੀਓ ਹੋ ਗਈਆਂ, ਇੰਨੀਆਂ ਵੀਡੀਓ ਹੋ ਗਈ। ਬੰਟੀ ਹੋਰ ਕੀ ਨਵਾਂ ਆਇਆ? ਉਹ ਬਾਪੂ ਦੀ ਕਿਰਪਾ ਸਿਰ ਤੇ ਹੋਣੀ ਚਾਹੀਦੀ ਹੈ। ਬੰਦ ਕਰ ਇਹਨੂੰ, ਬੰਦ ਕਰ, ਬੰਦ ਹੁਣੇ ਬੰਦ ਕਰ, ਬੰਦ ਕਰ। ਛੋੜ ਕੇ ਤੁਮਕੋ ਕਿਧਰ ਜਾਏ। ਬੰਟੀ ਇਹਨੂੰ ਰਾਹ ਦੱਸ।
ਤੈਨੂੰ ਇਸ ਗੱਲ ਦਾ ਪਤਾ ਹੈ ਵੀ ਚੱਲ ਮੈਂ ਫੇਮਸ ਹੋ ਗਈ ਫੇਮਸ ਤੁਹਾਡੇ ਤਰੀਕੇ ਮੈਂ ਵੀ ਫੇਮਸ ਹੋਈ ਹਾਂ ਸਿਰਫ ਮੇਰਾ ਫਰਜ਼ ਹੈਗਾ ਤੁਹਾਨੂੰ ਵੀ ਮੈਂ ਅੱਗੇ ਲਿਜਾਵਾਂ ਮੈਂ ਤੁਹਾਡੀ ਇੱਕ ਸਾਹ ਦੇ ਬਾਂਹ ਪਕੜ ਕੇ ਨਾ ਮੈਂ ਤੁਹਾਨੂੰ ਟੱਠੇ ਖੂਟ ਸਿੱਟਾਂਗੀ ਇਹ ਮੈਂ ਪਾਰ ਲਗਾਉਂਦੀ ਹਾਂ ਇਹ ਡਿਊਟੀ ਮੈਂ ਕਰਦੀ ਹਾਂ ਨਾ ਜੋ ਤੁਹਾਡੇ ਨਾਲ ਹੈ ਇੱਕ ਗੱਲ ਧਿਆਨ ਰੱਖਿਓ ਜੇ ਤੁਸੀਂ ਟਿਕਟੋਕ ਦੇ ਵਿੱਚ ਅੱਗੇ ਜਾਣਾ ਚਾਹੁੰਦੇ ਹੋ ਤਾਂ ਇਹ ਬੈਸਟ ਆਪਸ਼ਨ ਹੈ ਤੁਹਾਡੇ ਲਈ ਤੁਸੀਂ ਆਪਦਾ ਕੁਛ ਨਾ ਕਰੋ ਡਿਊਟੀ ਬਣਾਈ ਜਾਓ ਬਸ ਜਿਵੇਂ ਆਪਾਂ ਕਿਨਾਰੇ ਨੀ ਬੈਠ ਜਾਂਦੇ ਪਾਣੀ ਦੇ ਵਿੱਚ ਆਪਾਂ ਬਾਂਹ ਪਕੜ ਕੇ ਅੱਗੇ ਨੂੰ ਅਗੜੇ ਨੂੰ ਨਹਿਰ ਲਗਾ ਦਿੰਦੇ ਹਾਂ ਪਲੀਜ਼ ਮੈਨੂੰ ਇੰਨੀ ਨੌਲੇਜ ਤਾਂ ਹੈ ਨੀ ਇਸ ਰਾਮ ਲੀਲਾ ਦੀ ਮਤਲਬ ਕਿਵੇਂ ਬਣੀ ਹੈ ਕਿਉਂਕਿ ਮੈਂ ਕਦੀ ਇੰਟਰਸਟ ਅਗਰ ਰਾਮ ਲੀਲਾ ਹੈ ਧਾਰਮਿਕ ਹੈ ਕੁਛ ਵੀ ਹੈ ਰਾਵਣ ਅਗਰ ਜਲਾਉਂਦੇ ਹੈ ਕਿਉਂ ਜਲਾਉਂਦੇ ਹੈ ਅਗਰ ਉਸ ਦਾ ਮੈਨੂੰ ਲੀਲਾ ਬਾਰੇ ਕੋਈ ਪਤਾ ਨਹੀਂ ਮੈਂ ਦੱਸ ਰਿਹਾ ਇਹ ਆਂਟੀ ਪੱਕਾ ਕਿਸੇ ਦੂਸਰੇ ਗ੍ਰਹਿ ਤੋਂ ਆਈ ਹੈ ਨਾ ਤੈਨੂੰ ਰਾਵਣ ਦਾ ਪਤਾ ਹੈ ਨਾ ਰਾਮ ਲੀਲਾ ਦਾ ਪਤਾ ਹੈ ਤੇ ਕਿਸੇ ਨੂੰ ਜਲਦਾ ਵੇਖ ਕੇ ਤੇ ਕਦੀ ਸਜਣੋ ਖੁਸ਼ੀ ਨਾ ਲਿਓ ਕਿਸੇ ਦੀ ਕੁੱਲੀ ਨੂੰ ਅੱਗ ਲਾ ਕੇ ਆਪ ਤਮਾਸ਼ਾ ਨਾ ਦੇਖ ਹਰ ਪਲ ਮੇਰੀ ਯਾਦ ਤੁਮੇ ਹੇ ਸਤਨਾਮ ਵਾਹਿਗੁਰੂ ਮੇਰੇ ਮੁੰਡੇ ਦਾ ਉਸ ਪਿੰਡ ਰਿਸ਼ਤਾ ਹੋਣਾ ਚਾਹੀਦਾ ਸ਼ਹਿਰ ਵਿੱਚ ਜਿੱਥੇ ਰੇਂਜ ਰਹਿੰਦੀ ਹੋਵੇ ਰੇਂਜ ਆਉਂਦੀ ਹੋਵੇ ਜਿੱਥੇ ਰੇਂਜ ਰਹਿੰਦੀ ਹੋਵੇ ਮੈਂ ਪਰੇਸ਼ਾਨ ਹੋ ਪਰੇਸ਼ਾਨ ਆਂਟੀ ਪਰੇਸ਼ਾਨ 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 ਹੋ ਗਈ ਪੁੱਛੇ ਕਿਉਂ ਮੈਂ ਟਿਕਟੋਕ ਬਣਾਉਣਾ ਹੁੰਦਾ ਹੈ ਮੈਂ ਸੋਚਦਾ ਸੀ ਕਿ ਅਮੀਰ ਖਾਨ ਜੋ ਐਕਟਰ ਨੇ ਉਹੀ ਨੇ ਜੋ ਐਕਸਪੈਰੀਮੈਂਟ ਕਰਦੇ ਨੇ ਫਿਲਮਾਂ ਵਿੱਚ ਅਲੱਗ ਅਲੱਗ ਰੋਲ ਵਾਸਤੇ ਪਰ ਪੰਜਾਬ 'ਚ ਵੀ ਕੁਛ ਐਸੇ ਲੋਕ ਨੇ ਜਿਨ੍ਹਾਂ ਨੇ ਇਹ ਰਿਸਕ ਲਿਆ ਐਕਸਪੈਰੀਮੈਂਟ ਕੀਤੇ ਜਿਵੇਂ ਕਿ ਇਹ ਮਾਰੋ ਮੁਝ ਮਾਰੋ ਮਾਰੋ ਮੁਝੇ ਮਾਰੋ ਮਾਰੋ ਨਹੀਂ ਮਜ਼ਾਕ ਹੋ ਰਿਹਾ ਇੱਕ ਸੈਕਿੰਡ ਯਾਰ ਮਜ਼ਾਕ ਹੋ ਰਿਹਾ ਬਸ ਹੋਰ ਮੈਂ ਕੁਛ ਨਹੀਂ ਬੋਲ ਸਕਦਾ ਕਿਉਂਕਿ ਦੁਨੀਆ ਦਾ ਅੰਤ ਹੁਣ ਨੇੜੇ ਹੈ ਵਾਰ ਹੋ ਗਿਆ ਤੂੰ ਕਹੇਗਾ ਮੈਨੂੰ ਪਿਆਰ ਹੋ ਗਿਆ ਦੂੰਗਾ ਜਿੰਦੀ ਦੇ ਤੂੰ ਕਰ ਦੇਵੇਂ ਹਾਂ ਜੋ ਫਿਲਮਾਂ ਬਣਾਉਣ ਵਾਲੇ ਲੋਕ ਨੇ ਉਹ ਇਹਨਾਂ ਲੋਕਾਂ ਦਾ ਯੂਜ਼ ਕਰਕੇ ਆਪਦੇ ਜੋ ਫਿਲਮ ਦੀ ਪ੍ਰਮੋਸ਼ਨ ਨੂੰ ਵਧਾਉਂਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਕਿ ਇਹ ਲੋਕ ਪਹਿਲਾਂ ਤੋਂ ਹੀ ਟਿਕਟੋਕ 'ਤੇ ਮਸ਼ਹੂਰ ਨੇ ਕਿਸੇ ਨਾ ਕਿਸੇ ਕਾਰਨ ਕਰਕੇ ਜਿਵੇਂ ਕਿ ਮੁੱਖ ਮੰਤਰੀ ਸੀ ਉਹਨੂੰ ਵੀ ਨਾਲ ਦੇ ਨਾਲ ਕਿਸੇ ਗਾਣੇ ਵਿੱਚ ਲੈ ਲਿਆ ਗਿਆ ਬਾਅਦ 'ਚ ਉਹਨੂੰ ਕੋਈ ਨਹੀਂ ਪੁੱਛਦਾ ਤਾਂ ਮੈਂ ਕੁਛ ਜ਼ਿਆਦਾ ਨਹੀਂ ਬੋਲੂੰਗਾ ਬਸ ਇਹੀ ਕਹੂੰਗਾ ਕਿ ਇਸ ਤੋਂ ਬਾਅਦ ਮੈਂ ਇਸ ਦੇ ਉੱਪਰ ਕੋਈ ਵੀਡੀਓ ਨਹੀਂ ਬਣਾਊਂਗਾ ਬਾਕੀ ਹੋਰ ਕਾਫੀ ਸਾਰਾ ਮੈਟਰ ਹੈ ਮੈਂ ਉਸ 'ਤੇ ਵੀਡੀਓ ਬਣਾਊਂਗਾ ਕਿਉਂਕਿ ਕੋਈ ਫਾਇਦਾ ਨਹੀਂ ਹੈ ਬਾਕੀ ਮੈਂ ਇਸ ਵੀਡੀਓ ਨੂੰ ਸਿਰਫ ਐਂਟਰਟੇਨਮੈਂਟ ਲਈ ਬਣਾਇਆ ਸੀ ਤਾਂ ਹੱਸਦੇ ਖੇਡਦੇ ਰਹੋ ਖੁਸ਼ੀਆਂ ਵੰਡਦੇ ਰਹੋ ਚੈਨਲ 'ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ